आया था घर से एक झलक देखने तेरी, मैं खो के रह गया तेरे बच्चों के शोर में। दिल टूटे आशिकां दी महफिल विच आके कदे तू। हेलो जिगरो जिगरो, की हाल है थोड़ा? मैं बिल्कुल ठीक ठाक, तो उम्मीद करना तुसी बिल्कुल ठीक ठाक थे, मजे भी जिंदगी गुजारे हो वो दे। आज जेड़ा थोड़े वास्ते गाना लेके आया ओ आर नेत दा नवा गाना है रीला वाला डेक फीचरिंग लव हीरा। मैनू एक्चुअली नहीं पता कि लव हीरा कौन है, लेकिन लोग कह रहे हैं उन्होंने उस्ताद ते बहुत जबरदस्त सिंगर ते मतलब उन्होंने तारीफ बहुत की जा रही है, तो शायद वो मशहूर होवन जिन्होंने फिर मैं नहीं जानता इतना ज़्यादा, तो सॉरी जे किसी को बुरा लगे। आप ने तो जरा गाना रीलम वाला डेक है कुछ दिन पहले ही रिलीज़ होया, तो ऑलरेडी 9 मिलियन तो ज़्यादा व्यूज हो चुके हैं। लिरिक्स ते कंपोजिशन आरनेट दी अपनी है, लेकिन जरा म्यूजिक वो लाडी गिल्ड है। तो रीलम वाला डेक मैं एग्जैक्टली हूँ पता नहीं कहता के मतलब होता, लेकिन जरा मैं अंदाजा ला रहा एक्चुअली रीलम वाला डेक मतलब जी कैसेट्स होंगे सी पुराने जमाने, पुराना जमाना तो है नहीं साढ़े जमाना सी हूँ मतलब अच्कल हर चीज़ चेंज हो गई है, लेकिन साढ़े जमाने जो रील होंगे सी मतलब असं उन्होंने तो रील नहीं कहते कैसेट वगैरह, तो डैक हों जिद रील ला के सुनते आयो, तो शायद वह मतलब रीलों वाला डैक। लेकिन अगर गाने सुना तो पता चलेगा, लेकिन गाने की तरफ जाने पहले प्लीज़ मेरे चैनल में सबसक्राइब कर दो, तो वीडियोज़ में भी लाइक कराया करो, शेयर कराया करो, तो अपन मुहब्बत अपना सपोर्ट तो अपना तावन इसी तरह ही दहाँदे भी रव्या करो, जिताते भी रव्या करो, तो दूसरों को बताते भी रव्या करो। हूँ चलो वीडियो की तरफ जाने, फिल्म बाय जोना एंड जोगी। यारी दोस्ती क्या था, क्या कैस्ट ਪਹਿਲਾਂ ਪੁਰਾਣੇ ਜ਼ਮਾਨੇ 'ਚ ਹੋਏ ਪੁਰਾਣੇ ਜ਼ਮਾਨੇ 'ਚ ਕੈਸਟਾਂ ਲਿਆਉਂਦੇ ਸੀ, ਮਿਊਜ਼ਿਕ ਸੈਂਟਰ ਸਾਨੂੰ ਅਸੀਂ ਕਹਿੰਦੇ ਹੁੰਦੇ ਸੀ। ਗਿਨੀ ਕਪੂਰ ਵਾ
ਚਾਚਾ ਓਏ ਹੁਣ ਤਾਂ ਇਹਦਾ ਵਿਆਹ ਹੋ ਗਿਆ ਹੁਣ ਤਾਂ ਇਹਨੂੰ ਭੁੱਲ ਗਿਆ ਤੇ ਰੂਹਾਂ ਦੇ ਪਿਆਰ ਨੇ ਚਾਚਾ ਜਿਹੜੇ ਵਿਆਹ ਕਰਵਾ ਕੇ ਵੀ ਨਹੀਂ ਭੁੱਲੇ ਜਾਂਦੇ ਸਵਾਰ ਨੇ ਸਾਲੇ ਡਿੱਕ ਲੱਛਣ ਮਿਰਜੇ ਵਾਲੇ ਗਾਣਾ ਬਹੁਤ ਜ਼ਬਰਦਸਤ ਸੀ ਐਕਚੁਲੀ ਜੇ ਦੇਖਿਆ ਜਾਏ ਤਾਂ ਮੈਸੇਜ ਤਾਂ ਕਾਫੀ ਸੈਡ ਸੀ ਨਾ ਮਤਲਬ ਦੁਖੀ ਗਾਣਾ ਸੀ ਲੇਕਿਨ ਇਹ ਭੰਗੜੇ ਵਾਲਾ ਦੁਖੀ ਗਾਣਾ ਸੀ ਮਤਲਬ ਦੁੱਖਾਂ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸੀ ਅਤੇ ਮੈਨੂੰ ਕਾਫੀ ਮਜ਼ਾ ਆਇਆ ਕਾਫੀ ਇੰਜੋਏ ਕੀਤਾ ਇਸ ਗਾਣੇ ਨੂੰ ਅਤੇ ਇਹਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਸੀ ਕਿ ਰੀਲਾਂ ਵਾਲਾ ਦੇਖਦਾ ਸ਼ਾਇਦ ਉਹ ਮਤਲਬ ਜਿਹੜੀਆਂ ਕਿਸ਼ਤਾਂ ਹੁੰਦੀਆਂ ਸੀ ਉਹਨਾਂ ਨੂੰ ਰੀਲ ਕਹਿੰਦੇ ਸੀ ਵਗੈਰਾ ਵਗੈਰਾ ਤਾਂ ਉਹ ਗੱਲ ਠੀਕ ਨਿਕਲੀ ਮੈਨੂੰ ਐਗਜੈਕਟਲੀ ਹੁਣ ਨਹੀਂ ਪਤਾ ਕਿ ਹਾਲੇ ਵੀ ਉਹ ਚੱਲਦੀਆਂ ਨੇ ਕਿ ਨਹੀਂ ਕਿਉਂਕਿ ਹੁਣ ਤਾਂ ਸ਼ਾਇਦ ਕਿਸੇ ਕੋਲ ਉਹ ਟੈਕ ਵੀ ਨਹੀਂ ਹੈ ਸਾਡੇ ਕੋਲ ਮੇਰੇ ਮਤਲਬ ਆਪਣੇ ਘਰ ਹੁਣ ਇਸ ਵਕਤ ਵੀ ਬਹੁਤ ਸਾਰੀਆਂ ਪੁਰਾਣੀਆਂ ਰੀਲਾਂ ਪਈਆਂ ਨੇ ਲੇਕਿਨ ਉਹਨਾਂ ਨੂੰ ਚਲਾਉਣ ਵਾਸਤੇ ਨਾ ਮਤਲਬ ਟੇਪ ਡੈਕ ਵਗੈਰਾ ਕੁਛ ਨਹੀਂ ਹੈ ਕਿਉਂਕਿ ਉਹ ਚੀਜ਼ਾਂ ਖਰਾਬ ਹੋ ਗਈਆਂ ਨੇ ਰੀਲਾਂ ਹਾਲੇ ਤੱਕ ਪਈਆਂ ਨੇ ਕਿਸ਼ਤਾਂ ਹਾਲੇ ਤੱਕ ਪਈਆਂ ਨੇ ਇਸ ਤਰ੍ਹਾਂ ਜਿਹੜੀਆਂ VCR ਦੀਆਂ ਮਤਲਬ ਹੁੰਦੀਆਂ ਸੀ ਵੀਡੀਓ ਫਿਲਮਾਂ ਉਹ ਵੀ ਹਾਲੇ ਤੱਕ ਮੌਜੂਦ ਨੇ ਲੇਕਿਨ ਹੁਣ ਨਾ VCR ਨੇ ਅਤੇ ਨਾ ਬੰਦਾ ਦੇਖ ਸਕਦਾ ਅਤੇ ਇਹ ਪੁਰਾਣਾ ਜ਼ਮਾਨਾ ਸੀ ਸਾਡਾ ਜ਼ਮਾਨਾ ਸੀ ਹਾਲਾਂਕਿ ਇਤਨਾ ਪੁਰਾਣਾ ਨਹੀਂ ਲੇਕਿਨ ਕਿਉਂਕਿ ਟੈਕਨੋਲੋਜੀ ਇਤਨੀ ਜਲਦੀ ਇਤਨੀ ਤੇਜ਼ੀ ਨਾਲ ਅੱਗੇ ਵਧੀ ਹੈ ਕਿ ਹੁਣ ਉਹ ਲੱਗਦਾ ਕਿ ਪੁਰਾਣਾ ਜ਼ਮਾਨਾ ਹੋ ਗਿਆ ਜਿਹੜੀ ਅੱਜ ਕੱਲ੍ਹ ਦੀ ਨਸਲ ਹੈ ਉਹਦੇ ਕੋਲੋਂ ਜੇ ਪੁੱਛਿਆ ਜਾਏ ਕਿ ਰੀਲ ਕਿਨੂੰ ਆਖਦੇ ਨੇ ਕੈਸਟ ਕਿਨੂੰ ਆਉਂਦਾ ਤਾਂ ਸ਼ਾਇਦ ਉਹਨਾਂ ਵਿੱਚ ਅਕਸਰ ਨੂੰ ਪਤਾ ਹੀ ਨਹੀਂ ਹੋਏਗਾ ਕਿ ਉਹ ਕੀ ਹੁੰਦਾ ਕਿ ਚੀਜ਼ ਹੁੰਦੀ ਸੀ ਉਹਨਾਂ ਵਾਸਤੇ ਤਾਂ ਹਰ ਚੀਜ਼ ਅੱਜ ਕੱਲ੍ਹ ਡਿਜੀਟਲ ਹੈ ਪਿਆਰ ਵੀ ਥੋੜ੍ਹਾ ਡਿਜੀਟਲ ਹੋ ਗਿਆ ਲੇਕਿਨ ਯਾ ਅਤੇ ਮਿਸਾਲ ਦੇਣ ਵਾਸਤੇ ਐਕਚੁਲੀ ਬਹੁਤ ਜ਼ਬਰਦਸਤ ਸੀ ਜਿਹੜਾ ਹੈ ਕਿ ਮਤਲਬ ਪਿਆਰ ਵੀ ਜਿਹੜਾ ਉਹ ਰੀਲਾਂ ਵਾਲੇ ਟੈਕ ਦੀ ਤਰ੍ਹਾਂ ਪੁਰਾਣਾ ਹੋ ਗਿਆ ਮਤਲਬ ਜਿਸ ਤਰ੍ਹਾਂ ਉਹ ਹੁਣ ਆਊਟਡੇਟਡ ਚੀਜ਼ ਹੋ ਗਈ ਹੈ ਬਹੁਤ ਸਾਰੇ ਲੋਕਾਂ ਵਾਸਤੇ ਉਹ ਪਿਆਰ ਵੀ ਵਕਤ ਦੇ ਨਾਲ ਨਾਲ ਆਊਟਡੇਟਡ ਹੋ ਜਾਂਦਾ ਹੈ ਉਹਨਾਂ ਨੂੰ ਕੋਈ ਹੋਰ ਕਿਸੇ ਹੋਰ ਚੀਜ਼ ਦੀ ਚਮਕ ਚੱਕਾ ਚੌਂਦ ਕਰ ਦਿੰਦੀ ਹੈ ਇਸ ਕੇਸ ਵਿੱਚ ਉਹ ਦੌਲਤ ਸੀ ਵਰਨਾ ਕੋਈ ਜੋੜ ਨਹੀਂ ਸੀ ਮਤਲਬ ਲੜਕੀ ਇਤਨੀ ਖੂਬਸੂਰਤ ਸੀ ਅਤੇ ਜਿਸ ਨਾਲ ਸ਼ਾਦੀ ਹੋਈ ਮਤਲਬ ਉਹ ਕੋਈ ਜੋਕਰ ਨਜ਼ਰ ਆ ਰਿਹਾ ਸੀ ਸਿਰਫ ਹੁਲੀਏ ਦੀ ਵਜ੍ਹਾ ਤੋਂ ਨਹੀਂ ਲੇਕਿਨ ਆਪਣੀ ਹਰਕਤਾਂ ਦੀ ਵਜ੍ਹਾ ਤੋਂ ਵੀ ਬਹੁਤ ਸਾਰੇ ਲੋਕ ਸ਼ਾਦੀਆਂ ਵਗੈਰਾ ਦੇ ਸਿਲਸਿਲੇ ਵਿੱਚ ਜਿਸਲੇ ਆਉਂਦੇ ਨੇ ਤਾਂ ਉਸ ਲਈ ਘਾਟੇ ਦਾ ਸੌਦਾ ਕਰਦੇ ਨੇ ਉਹਦੇ ਵਿੱਚ ਸਾਰੇ ਲੜਕੇ ਵੀ ਹੈਂਡ ਨੇ ਲੜਕੀਆਂ ਵੀ ਹੈਂਡ ਨੇ ਜਿਹੜੇ ਸਿਰਫ ਦੌਲਤ ਦੇਖ ਕੇ ਪੈਸਾ ਦੇਖ ਕੇ ਲੜਕੇ ਬਾਜ਼ ਔਕਾਤ ਖੁਸ਼ਨੁਮਾ ਖੂਬਸੂਰਤੀ ਦੇਖ ਕੇ ਸਿਰਫ ਫਿਦਾ ਹੋ ਜਾਂਦੇ ਨੇ ਅਤੇ ਬਸ ਫਲੈਟ ਹੋ ਜਾਂਦੇ ਨੇ ਅਤੇ ਫੈਸਲਾ ਕਰ ਲੈਂਦੇ ਨੇ ਲੇਕਿਨ ਜ਼ਾਹਿਰ ਹੈ ਤੁਸੀਂ ਜੇ ਹੋਰ ਦੂਸਰੀਆਂ ਚੀਜ਼ਾਂ ਨਾਲ ਨਹੀਂ ਦੇਖੀਆਂ ਜਿਹੜੀਆਂ ਬਾਅਦ ਵਿੱਚ ਜ਼ਿੰਦਗੀ ਵਾਸਤੇ ਜ਼ਰੂਰੀ ਨੇ ਅਤੇ ਫਿਰ ਤੁਸੀਂ ਕਾਮਯਾਬ ਨਹੀਂ ਉਸ ਰਿਸ਼ਤੇ ਵਿੱਚ ਰਹਿ ਸਕਦੇ ਅਤੇ ਮੈਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਜਿਹੜਾ ਤੁਸੀਂ ਕੋਈ ਰਿਸ਼ਤਾ ਕਿਸੇ ਲਾਲਚ ਦੀ ਬੇਸ 'ਤੇ ਬਣਾਇਆ ਉਹਦਾ ਅੰਜਾਮ ਅਮੂਮਨ ਅੱਛਾ ਨਹੀਂ ਹੁੰਦਾ ਜਾਂ ਐਟਲੀਸਟ ਤੁਸੀਂ ਖੁਸ਼ ਨਹੀਂ ਰਹਿ ਸਕਦੇ ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਇਸ ਗਾਣੇ ਦੌਲਤ ਦੇ ਹਵਾਲੇ ਨਾਲ ਗੱਲ ਹੋਈ ਹੈ ਜੇ ਦੌਲਤ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤਾਂ ਮਤਲਬ ਜਿਤਨੀ ਵੀ ਦੌਲਤ ਹੁੰਦੀ ਚਾਹੀਦੀ ਤੁਹਾਡੇ ਕੋਲ ਅਤੇ ਤੁਹਾਡਾ ਉਸ ਤਰ੍ਹਾਂ ਲਾਲਚ ਵੀ ਵੱਧਦਾ ਚਾਹੀਦਾ ਕਿਉਂਕਿ ਤੁਸੀਂ ਜ਼ਰੂਰਤਾਂ ਵੀ ਆਪਣੀਆਂ ਵਧਾਉਂਦੇ ਜਾਓ ਅਤੇ ਆਪਣਾ ਸਟੇਟਸ ਬਣਾਉਂਦੇ ਜਾਓ ਅਤੇ ਉਹਦੇ ਨਾਲ ਇਹ ਹੋਏਗਾ ਕਿ ਉਹ ਪੈਸਾ ਜਿਤਨਾ ਵੀ ਹੋਏਗਾ ਕੰਮ ਹੋ ਜਾਏਗਾ ਫਿਰ ਤੁਸੀਂ ਹੋਰ ਕਮਾਓ ਅਤੇ ਜਾਂ ਕਿਸੇ ਤਰ੍ਹਾਂ ਹਾਸਿਲ ਕਰੋ ਅਤੇ ਉਹ ਵੀ ਕੰਮ ਹੋਈ ਜਾਏਗਾ ਅਤੇ ਤੁਹਾਨੂੰ ਇਸ ਤਰ੍ਹਾਂ ਦੌੜ ਕਦੇ ਮੁੱਕਦੀ ਨਹੀਂ ਹੈ ਅਤੇ ਉਹ ਜਿਸ ਦੌੜ ਨਹੀਂ ਮੁੱਕਦੀ ਤੁਹਾਡੀ ਜ਼ਿੰਦਗੀ 'ਚ ਸਕੂਨ ਵੀ ਨਹੀਂ ਰਹਿੰਦਾ ਹੈ ਵੀ ਅਤੇ ਦੂਸਰਾ ਜੇ ਤੁਸੀਂ ਸ਼ਾਦੀ ਵਾਸਤੇ ਕਿਸੇ ਨੂੰ ਚੂਜ਼ ਕੀਤਾ ਹੈ ਦੌਲਤ ਦੀ ਬੇਸ 'ਤੇ ਤਾਂ ਹੋ ਸਕਦਾ ਕੱਲ੍ਹ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਦੌਲਤਮੰਦ ਬੰਦਾ ਮਿਲ ਜਾਏ ਜਾਂ ਜਿਹਨੂੰ ਤੁਸੀਂ ਰਿਜੈਕਟ ਕੀਤਾ ਉਹ ਹੀ ਬਹੁਤ ਜ਼ਿਆਦਾ ਦੌਲਤਮੰਦ ਹੋ ਜਾਏ ਉਹ ਤਾਂ ਇਹਨਾਂ ਚੀਜ਼ਾਂ ਦਾ ਇਤਨੀ ਅਹਿਮੀਅਤ ਨਹੀਂ ਹੁੰਦੀ ਇਨਸਾਨ ਦੀ ਅਹਿਮੀਅਤ ਹੁੰਦੀ ਹੈ ਲੇਕਿਨ ਇਨਸਾਨ ਅੱਜ ਕੱਲ੍ਹ ਹੋਰ ਚੀਜ਼ਾਂ ਨੂੰ ਜ਼ਿਆਦਾ ਦੇਖਦਾ ਹੈ ਅਤੇ ਇਨਸਾਨ ਨੂੰ ਘੱਟ ਦੇਖਦਾ ਦਿਲ ਨੂੰ ਘੱਟ ਦੇਖਦਾ ਹਲੂਸ ਨੂੰ ਘੱਟ ਦੇਖਦਾ ਖੂਬਸੂਰਤ ਗਾਣਾ ਸੀ ਮੈਨੂੰ ਮਜ਼ਾ ਆਇਆ ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਇਹਨਾਂ ਵਾਲੇ ਗਾਣਾ ਸੁਣ ਕੇ ਮਜ਼ਾ ਆਇਆ ਹੋਵੇਗਾ ਹੁਣ ਮੈਨੂੰ ਤਾਂ ਬਹੁਤ ਜ਼ਿਆਦਾ ਤੁਹਾਡੇ ਨਾਲ ਮੁਲਾਕਾਤ ਹੋਵੇ ਅਗਲੀ ਵੀਡੀਓ 'ਚ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਕਿਉਂਕਿ ਸਾਡਾ ਪਿਆਰ ਜਿਹੜਾ ਉਹ ਰੀਲਾਂ ਵਾਲੇ ਡੈਕ ਦੀ ਤਰ੍ਹਾਂ ਪੁਰਾਣਾ ਨਹੀਂ ਹੋਣਾ ਚਾਹੀਦਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਤੁਹਾਡੇ ਨਾਲ ਮੁਲਾਕਾਤ ਹੋਵੇ ਅਗਲੀ ਵੀਡੀਓ 'ਚ ਆਪਣਾ ਬਹੁਤ ਖਿਆਲ ਰੱਖੋ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਅਤੇ ਖੁਸ਼ੀਆਂ ਵੰਡਦੇ ਰਹੋ ਖੁਦਾ ਟੁੱਟੇ ਆਸ਼ਿਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ